ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਮ। ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਪੁਲਿਸ ਚੌਂਕੀ ਅਪਰਾ ਦੇ ਅਧੀਨ ਆਉਂਦੇ ਪਿੰਡ ਮੋਰੋ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਕਰੀਬ 30-35 ਸਮਰਸੀਬਲ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਪਰਮਿੰਦਰ ਸਿੰਘ ਸਨ ਆਫ ਦਰਸ਼ਨ ਸਿੰਘ ਵਾਸੀ ਮੋਰੋ ਅਤੇ ਅਮਰਵੀਰ ਸਿੰਘ ਸਨ ਆਫ ਨਿਰਮਲ ਸਿੰਘ ਵਾਸੀ ਮੋਰੋ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੀਆਂ ਮੋਟਰਾਂ ਜੋ ਕਿ ਪਿੰਡ ਮੋਰੋ ਤੋਂ ਲਸਾੜਾ ਰੋਡ ਤੇ ਨਹਿਰ ਨਜ਼ਦੀਕ ਹਨ, ਚੋਰਾਂ ਵੱਲੋਂ ਸਟਾਰਟਰ ਤੋਂ ਸਮਰਸੀਬਲ ਨੂੰ ਜਾਣ ਵਾਲੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਕਿਸਾਨ ਪਰਮਜੀਤ ਸਿੰਘ ਸਨ ਆਫ ਭਗਤ ਸਿੰਘ, ਗੁਰਪ੍ਰੀਤ ਸਿੰਘ ਸਨ ਆਫ ਮੋਹਨ ਸਿੰਘ, ਗੁਰਦੀਪ ਸਿੰਘ ਸਨ ਆਫ ਗੁਰਨੇਕ ਸਿੰਘ, ਬਹਾਦਰ ਸਿੰਘ ਸਨ ਆਫ ਕੇਬਲ ਸਿੰਘ, ਕੁਲਦੀਪ ਸਿੰਘ ਸਨ ਆਫ ਸੁਰਿੰਦਰ ਸਿੰਘ, ਗੁਰਿੰਦਰ ਸਿੰਘ ਸਨ ਆਫ ਗੁਰਦੇਵ ਸਿੰਘ, ਅਜੈਬ ਸਿੰਘ ਸਰਪੰਚ ਸਨ ਆਫ ਕਰਮ ਸਿੰਘ ਅਤੇ ਤੀਰਥ ਸਿੰਘ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਚੋਰੀ ਹੋ ਗਈਆਂ ਹਨ। ਬੂਟਾ ਸਿੰਘ ਢਿੰਸਾ ਅਪਰਾ ਦੀ ਰਿਪੋਰਟ। ਮੇਰਾ ਪਿੰਡ ਮੋਰੋਂ, ਮੇਰਾ ਨਾਮ ਅਮਰਵੀਰ ਸਿੰਘ ਸਨ ਆਫ ਨਿਰਮਲ ਸਿੰਘ, ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਦਾ ਰਹਿਣ ਵਾਲੇ ਹਾਂ। ਸਾਡੀਆਂ ਮੋਟਰਾਂ ਦੀ ਰਾਤ ਬੀਤੀ ਰਾਤ ਪੰਜ ਮੋਟਰਾਂ ਦੀਆਂ ਜੋ ਕਿ ਤਾਰਾਂ ਵੱਢ ਗਈਆਂ ਅਤੇ ਇਹਨਾਂ ਚੋਰਾਂ ਵੱਲੋਂ 2-3 ਵਾਰ ਵਾਰਦਾਤ ਹੋ ਚੁੱਕੀ ਹੈ ਕਿ ਇਹਨਾਂ ਦੇ ਨੱਥ ਪਾਈ ਆ। ਸਿੰਘ ਪੁੱਤਰ ਦਰਸ਼ਨ ਸਿੰਘ, ਕਿਹੜੀ ਮੋਟਰ ਮੈਂ ਹਾਲੇ 'ਤੇ ਜ਼ਮੀਨ ਵਾਹ ਰਿਹਾ, ਇਹ 2 ਵਾਰੀ ਸੀਜ਼ਨ ਦੇ ਵਿੱਚ ਤਾਰਾਂ ਹੁਣ ਤੱਕ ਕੱਟ ਹੋ ਗਈਆਂ। ਰਾਤ ਨੂੰ ਛੱਡ ਕੇ ਜਾਈਦੀ ਆ, ਸਵੇਰੇ ਆ ਕੇ ਦੇਖੀਦੀਆਂ ਤਾਰਾਂ ਕੋਈ ਕੱਟ ਲਿਜਾਂਦਾ। ਇਸ ਵਾਰੀ ਵੀ ਘੱਟੋ ਘੱਟ 25-30 ਮੋਟਰਾਂ ਦਾ ਤਾਰਾਂ ਰਾਤ ਨੂੰ ਕੋਈ ਗੈਂਗ ਵੱਢ ਕੇ ਲੈ ਗਿਆ। ਆਸ ਪਾਸ ਦੇ ਨੁਕਸਾਨ ਕੀਤਾ ਕਾਫੀ ਅਤੇ ਕਾਫੀ ਮੋਟਰਾਂ ਦੀਆਂ ਤਾਰਾਂ ਖੋਲ੍ਹ ਕੇ ਲੈ ਗਿਆ। ਇੱਥੋਂ ਆਲੇ ਦੁਆਲੇ ਕਿੰਨੀਆਂ ਕੁ ਮੋਟਰਾਂ ਤਾਰਾਂ ਕੱਟੀਆਂ ਗਈਆਂ ਜਿਸ ਤਰ੍ਹਾਂ? ਇੱਥੋਂ 30-35 ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ। 1-2 ਮੋਟਰਾਂ ਦਾ ਉੱਦਾਂ ਨੁਕਸਾਨ ਕਰਕੇ ਪੈਪ ਤੋੜ ਗਏ ਹੋਰ। ਮੇਰਾ ਨਾਮ ਮਨਦੀਪ ਸਿੰਘ, ਸਾਨੂੰ ਪਰਮਜੀਤ ਸਿੰਘ, ਪਿੰਡ ਮੋਰੋਂ। ਤਾਂ ਸਾਡੀਆਂ 2 ਮੋਟਰਾਂ ਦੀਆਂ ਤਾਰਾਂ ਬੀਤੀ ਰਾਤ ਖੋਲ੍ਹ ਕੇ ਲੈ ਗਏ। ਇੱਥੋਂ ਪਹਿਲਾਂ ਵੀ 3-4 ਵਾਰ ਖੋਲ੍ਹੀਆਂ ਗਈਆਂ ਕਿ ਜਿੰਨੀ ਕਿਹਦੀ ਲਾਈਨ 'ਤੇ ਪੈਂਦੀਆਂ, ਘੱਟੋ ਘੱਟ 15-20 ਮੋਟਰਾਂ ਦੀਆਂ ਤਾਰਾਂ ਰੋਜ਼ਾਨਾ ਚੱਲ ਜਾਂਦੀਆਂ। ਫਿਰ ਰਾਤ ਨੂੰ ਇੱਕੇ ਰਾਤ 'ਚ ਲੈ ਜਾਂਦੇ ਆ ਅਤੇ ਤਾਰਾਂ ਵਿੱਚੋਂ ਕੱਢ ਕੇ ਖੋਲ੍ਹ ਉੱਥੇ ਸੱਟ ਜਾਂਦੇ ਆ। ਤਾਂ ਇਹ ਜਿਹੜੀ ਵਾਰਦਾਤ ਕਿੰਨੇ ਕੁ ਸਮੇਂ ਤੋਂ ਹੋ ਰਹੀਆਂ ਵਾਰਦਾਤਾਂ ਦੁਆਰਾ? ਇਹ ਤਕਰੀਬਨ ਮੁੰਡਾ 2 ਕੁ ਸਾਲਾਂ ਤੋਂ ਕੰਮ ਚੱਲਦਾ ਆਉਂਦਾ। ਜਦੋਂ ਝੋਨਿਆਂ ਦੀ ਵਾਰੀ ਆਉਂਦੀ ਆ ਉਦੋਂ ਜ਼ਿਆਦਾ ਹੋਣ ਲੱਗ ਪੈਂਦਾ ਆ। ਤਾਂ ਸਾਤੋਂ ਪ੍ਰਸ਼ਾਸਨ ਤੋਂ ਮੰਗ ਆ ਇਹ 'ਤੇ ਛੇਤੀ ਕਾਬੂ ਪਾਇਆ ਜਾਵੇ ਅਤੇ ਸਾਡਾ ਕਈ ਹਜ਼ਾਰਾਂ ਦਾ ਨੁਕਸਾਨ ਹੋ ਜਾਂਦਾ ਇੱਕ ਰਾਤ ਦੇ ਵਿੱਚ।